ਸਤਿ ਸ਼੍ਰੀ ਅਕਾਲ। ਸਤਿਗੁਰ ਸਾਚੇ ਦੀਆ ਪੇਜ ਸ਼ਬਦ ਦੀ ਰਚਨਾ ਵਾਲਾ ਸਥਾਨ। ਜਦੋਂ ਭਾਈ ਖਾਨ ਅਤੇ ਭਾਈ ਢੋਲ ਜੀ ਨੇ ਨੱਤਾਂ ਦੀ ਵਡਾਲੀ ਵਾਲੇ ਭਾਈ ਭਾਗੂ ਜੀ ਦੇ ਵਾੜੇ ਵਾਲੇ ਘਰ ਤੋਂ ਜਾ ਕੇ ਪਿੰਡ ਦੇ ਬਾਹਰ ਬਾਰ ਅੰਮ੍ਰਿਤਸਰ ਤੋਂ ਭਾਜੜ ਦੇ ਰੂਪ ਵਿੱਚ ਤੰਬੂ ਲਾ ਕੇ ਨਿਵਾਸ ਕਰ ਰਹੇ ਪੰਚਮ ਗੁਰੂ ਜੀ ਨੂੰ ਮਾਤਾ ਗੰਗਾ ਜੀ ਦੀ ਕੁੱਖੋਂ ਬਾਲਕ ਹਰਗੋਬਿੰਦ ਜੀ ਦੇ ਪ੍ਰਕਾਸ਼ ਲੈਣ ਦੀ ਖਬਰ ਸੁਣਾਈ ਤਾਂ ਗੁਰੂ ਸਾਹਿਬਾਂ ਨੇ ਸਤਿਗੁਰ ਸਾਚੇ ਦੀਆ ਪੇਜ ਦੇ ਸ਼ਬਦ ਦੀ ਰਚਨਾ ਕੀਤੀ। ਅਤੇ ਇਸ ਸ਼ਬਦ ਦੀ ਰਚਨਾ ਕਰਨ ਵਾਲੇ ਸਥਾਨ 'ਤੇ ਹੀ ਪੰਚਮ ਗੁਰੂ ਜੀ ਨੇ 6 ਹਲਟਾਂ ਵਾਲੇ ਖੂਹ ਦੀ ਤਾਮੀਰ ਕਰਵਾਈ, ਜਿਸ ਨੂੰ ਹੁਣ ਗੁਰਦੁਆਰਾ ਸ਼੍ਰੀ 6 ਹਲਟਾ ਸਾਹਿਬ ਵਜੋਂ ਜਾਣਿਆ ਜਾਂਦਾ ਹੈ। ਆਓ ਦਰਸ਼ਨ ਕਰੀਏ ਇਸ ਪਵਿੱਤਰ ਸਥਾਨ ਦੇ। ਇਹ ਪਵਿੱਤਰ ਸਥਾਨ ਅੰਮ੍ਰਿਤਸਰ ਤੋਂ 7-8 ਕਿਲੋਮੀਟਰ ਦੂਰ ਅਟਾਰੀ ਰੋਡ 'ਤੇ ਸਥਿਤ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਨੂੰ ਜਾਂਦਿਆਂ ਇਤਿਹਾਸਿਕ ਸਥਾਨ ਗੁਰਦੁਆਰਾ ਸ਼੍ਰੀ ਸਾਹਿਟਾ ਸਾਹਿਬ ਸਥਿਤ ਹੈ, ਜਿਸ ਨੂੰ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋ ਪ੍ਰਾਪਤ ਹੈ। ਸਿੱਖ ਧਰਮ ਨੂੰ ਪ੍ਰਫੁੱਲਤ ਕਰਨ ਲਈ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਬਹੁਤ ਵੱਡਾ ਯੋਗਦਾਨ ਪਾਇਆ ਅਤੇ ਲੋਕ ਹਿੱਤ ਕਾਰਜਾਂ ਵਿੱਚ ਖੂਹ ਅਤੇ ਬੌਲੀਆਂ ਦੀ ਉਸਾਰੀ ਵੀ ਕਰਵਾਈ।